ਲੋਕਾਂ ਵੱਲੋਂ ਅਕਸਰ ਇੱਕ ਕਹਾਵਤ ਕਹੀ ਜਾਂਦੀ ਹੈ ਕਿ ਜੇਕਰ ਪਰਿਵਾਰ ਦਾ ਕੋਈ ਇੱਕ ਵਿਅਕਤੀ ਸਰਪੰਚ ਵੀ ਬਣ ਜਾਵੇ ਤਾਂ ਉਸਦੇ 7 ਪੀੜ੍ਹੀਆਂ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਨਾਲ ਮਿਲਾਉਣ ਜਾ ਰਹੇ ਹਾਂ ਜਿਸਦੇ ਪਿਤਾ ਜੀ 2 ਵਾਰ ਵਿਧਾਇਕ ਰਹੇ ਅਤੇ ਉਹ ਪਠਾਨਕੋਟ ਸ਼ਹਿਰ ਦੇ ਵਿੱਚ ਇੱਕ ਚਾਹ ਦਾ ਸਟਾਲ ਲਗਾ ਰਹੇ ਨੇ। ਮੇਰੇ ਨਾਲ ਇਸ ਵਕਤ ਜੋ ਰਾਮ ਲਾਲ ਵਿਧਾਇਕ ਸੀ ਉਹਨਾਂ ਦੇ ਸਪੁੱਤਰ ਮੇਰੇ ਨਾਲ ਮੌਜੂਦ ਨੇ। ਜਨਾਬ, ਕੀ ਨੌਬਤ ਆ ਗਈ? ਕਿਉਂਕਿ ਅਸੀਂ ਅਕਸਰ ਸੁਣਦੇ ਹਾਂ ਕਿ ਘਰ ਦਾ ਕੋਈ ਇੱਕ ਵੀ ਸਿਆਸਤਦਾਨ ਹੋਵੇ ਅਤੇ ਅੱਗੇ 7 ਕੁੱਲ ਤਰ ਜਾਂਦੇ ਨੇ, ਤੁਸੀਂ ਚਾਹ ਦਾ ਸਟਾਲ ਲਗਾ ਰਹੇ ਹੋ। ਦੇਖੋ ਜੀ, ਇਹ ਤਾਂ ਆਪਣੇ ਆਪਣੇ ਵਿਚਾਰ ਨੇ ਕਿ ਕੋਈ ਸਟਾਲ ਲਗਾਉਂਦਾ, ਕੋਈ ਹੋਟਲਾਂ ਦੇ ਮਾਲਕ ਬਣ ਜਾਂਦੇ ਨੇ ਰਾਜਨੀਤੀ ਵਾਲੇ। ਡਿਫਰੈਂਟ ਤੁਸੀਂ ਦੇਖ ਰਹੇ ਹੋ, ਜੋ ਵੀ ਦੇਖ ਰਹੇ ਹੋ। 2 ਵਾਰੀ ਪਿਤਾ ਜੀ ਵਿਧਾਇਕ ਰਹੇ ਨੇ, ਉਹਨਾਂ ਦੀ ਨੇਚਰ ਸੀ ਉਹ ਵਾਈਟ ਕੱਪੜੇ ਪਹਿਨਦੇ ਰਹੇ ਔਰ ਫੁੱਲ ਲਗਾਉਂਦੇ ਰਹੇ ਆਪਣੀ ਬਾਸ ਕਾਰਡ ਦੇ ਨਾਲ। ਉਹਨਾਂ ਦੀ ਪਹਿਚਾਣ ਸੀ ਵਾਈਟ ਕੱਪੜੇ ਪਿਤਾ ਜੀ। 2 ਵਾਰੀ MLA ਰਹੇ ਨੇ ਔਰ ਉਹਨਾਂ ਨੇ ਉਹਨਾਂ ਦੇ ਨਾਲ ਸਾਰਾ ਅਰਸਾ ਹੀ ਉਹਨਾਂ ਦੇ ਨਾਲ ਰਹਿ ਕੇ ਰਾਜਨੀਤੀ ਜਿਹੜਾ ਕੱਢਿਆ। ਪਹਿਲਾਂ ਪੋਲੀਟੀਕਲ ਸੈਕਟਰੀ ਬਣਿਆ ਉਹਨਾਂ ਦਾ, ਉਸ ਤੋਂ ਬਾਅਦ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਿਆ ਹਲਕਾ ਭੋਈ ਤੋਂ। ਔਰ ਉਹਨਾਂ ਦੇ ਜਾਣ ਤੋਂ ਬਾਅਦ 2016 ਦੇ ਵਿੱਚ ਉਹਨਾਂ ਦੀ ਮ੍ਰਿਤਿਊ ਹੋ ਗਈ। ਲੇਕਿਨ ਉਹਨਾਂ ਨੇ ਦੱਸਿਆ ਸੀ ਉਹਨਾਂ ਦੇ ਨਾਲ ਰਾਜਨੀਤੀ ਵਿੱਚ ਰਹਿ ਕੇ, ਉਹਨਾਂ ਨੇ ਮੈਨੂੰ ਇੱਕੋ ਗੱਲ ਦੱਸੀ ਹੋਈ ਕਿ ਮੈਂ ਆਪਣਾ ਪਰਸਨਲ ਸੈਕਟਰੀ ਤੁਹਾਨੂੰ ਤਾਂ ਚੁਣ ਰਿਹਾ ਕਿ ਤੂੰ ਮੇਰੇ ਵਾਈਟ ਕੱਪੜਿਆਂ ਨੂੰ ਕਦੀ ਦਾਗ ਨਹੀਂ ਲੱਗਣ ਦੇਗਾ, ਕਾਲੀ ਕਰਪਸ਼ਨ ਸਾਡੇ ਪਰਿਵਾਰ 'ਚ ਨਹੀਂ ਆਉਣੀ ਚਾਹੀਦੀ, ਹੱਕ ਦਲ ਦੀ ਨੇਕ ਕਮਾਈ ਜਿਹੜੀ ਪਬਲਿਕ ਦੁਆਰਾ ਜਿਹੜੀ MLA ਨੂੰ ਪੈਨਸ਼ਨ ਜਾਂ ਆਪਣੇ ਸੈਲਰੀ ਮਿਲਦੀ ਆ ਉਹਦੇ ਵਿੱਚ ਗੁਜ਼ਾਰਾ ਕਰਾਂਗੇ, ਇੱਕ ਪੈਸਾ ਵੀ ਕਰਪਸ਼ਨ ਦਾ ਆਪਣੇ ਪਰਿਵਾਰ 'ਚ ਨਹੀਂ ਲਿਆਵਾਂਗੇ। ਔਰ ਤੁਸੀਂ ਅਗਰ ਇਸ ਗੱਲ ਦਾ ਯਕੀਨ ਕਰੋ ਤਾਂ ਜਾ ਕੇ ਮੇਰੇ 2 ਮਰਲੇ ਦੀ ਜਗ੍ਹਾ ਆ ਪਿਤਾ ਜੀ ਦੀ, ਅੱਜ ਵੀ ਅਸੀਂ ਉਹਨਾਂ 2 ਮਰਲੇ ਵਿੱਚ ਜਗ੍ਹਾ ਆ। ਜਦ ਵਿਧਾਇਕ ਬੰਦੇ ਨੇ ਉਹਨਾਂ ਨੂੰ ਚੰਡੀਗੜ੍ਹ ਕੋਠੀਆਂ ਵੀ ਮਿਲਦੀਆਂ ਨੇ, ਗੱਡੀਆਂ ਵੀ ਮਿਲਦੀਆਂ ਨੇ, ਸਰਕਾਰੀ ਤੌਰ 'ਤੇ ਵੀ ਮਿਲਦੀਆਂ। ਲੇਕਿਨ ਉਹ ਲਿਖ ਕੇ ਦੇ ਚੁੱਕੇ ਸੀ ਕਿ ਨਾ ਮੈਂ ਸਰਕਾਰੀ ਕੋਈ ਕੋਠੀ ਲੈਣੀ ਹੈ ਅਤੇ ਨਾ ਕੋਈ ਸਰਕਾਰੀ ਕੋਈ ਗੱਡੀਆਂ ਲੈਣੀਆਂ ਨੇ। ਔਰ ਹੁਣ ਆਪਣਾ ਜੀਵਨ ਦੇ ਵਿੱਚ ਉਹਨਾਂ ਦੇ ਅਕਾਊਂਟ 'ਤੇ ਜਾਣ ਵੇਲੇ 2016 ਦੇ ਵਿੱਚ ਉਹਨਾਂ ਕੋਲ ਸਿਰਫ ਉਹਨਾਂ ਦੇ ਅਕਾਊਂਟ ਦੇ ਵਿੱਚ 98,000 ਰੁਪਈਆ ਸੀ ਜਿਹੜਾ ਪੈਂਡਿੰਗ ਸੀ। ਉਸ ਤੋਂ ਇਲਾਵਾ ਉਹਨਾਂ ਦੀ ਕੋਈ ਪ੍ਰੋਪਰਟੀ ਨਹੀਂ ਹੈ। ਔਰ ਉਹਨਾਂ ਦੇ ਜਾਣ ਤੋਂ ਬਾਅਦ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ, ਲੇਕਿਨ ਉਹਨਾਂ ਨੇ ਕੁਛ ਹਦਾਇਤਾਂ ਇਹੋ ਜਿਹੀਆਂ ਕਿ ਪਬਲਿਕ ਦੇ ਵਿੱਚ, ਸਮਾਜ ਦੇ ਵਿੱਚ ਰਹਿਣ ਵਾਸਤੇ ਗਰੀਬਾਂ ਦੇ ਨਾਲ ਸਾਥ ਦਿੰਦੇ ਰਹਿਣਾ, ਇਹੋ ਜਿਹੇ ਵਿਚਾਰ ਉਹਨਾਂ ਨਾਲ ਮੇਰੇ ਚੱਲਦੇ ਰਹੇ। ਔਰ ਅੱਜ ਉਹੀ ਚੀਜ਼ ਨੂੰ ਅਪਣਾ ਕੇ ਅੱਜ ਮੈਂ ਪਬਲਿਕ ਦੇ ਵਿੱਚ ਗਾਂਧੀ ਚੌਂਕ, ਲਾਈਟ ਵਾਲੇ ਚੌਂਕ ਦੇ ਵਿੱਚ ਲੇਬਰ ਸ਼ੈੱਡ ਪਠਾਨਕੋਟ ਦੇ ਨਾਲ ਚਾਹ ਦਾ ਸਟਾਲ ਲਾ ਕੇ ਇਸ ਕਾਰਨ ਬੈਠਾ ਕਿ ਮੇਰਾ ਪਬਲਿਕ ਗਰੀਬ ਲੋਕਾਂ ਨਾਲ ਮੇਰਾ ਜਿਹੜਾ ਸਾਂਝ ਬਣੀ ਰਹੇ ਔਰ ਉਹਨਾਂ ਦੇ ਦੁੱਖ ਤਕਲੀਫ ਜਿਹੜੇ ਆ ਉਹਨਾਂ ਵਿੱਚ ਸਾਂਝੇ ਕਰਦਾ ਰਹਿੰਦਾ। ਕਿਉਂਕਿ ਸਾਡੇ ਕੋਈ ਵੀ ਗਰੀਬ ਨੂੰ ਕੋਈ ਕੰਮ ਪੈਂਦਾ ਪ੍ਰਸ਼ਾਸਨ ਕੋਲ ਅਸੀਂ ਜਾਈਦਾ, ਕੁਛ ਤਾਂ ਉਹ ਮੇਰੇ ਪਿਤਾ ਜੀ ਦੀ ਓਨੈਸਟੀ ਦੇਖ ਕੇ ਮੇਰੇ ਕੰਮ ਕਰ ਦਿੰਦੇ ਨੇ। ਪ੍ਰਸ਼ਾਸਨ ਸਾਡੀ ਮਦਦ ਕਰਦਾ, ਲੋਕਾਂ ਨੂੰ ਇਨਸਾਫ ਮਿਲ ਜਾਂਦਾ। ਔਰ ਜਦੋਂ ਲੋਕਾਂ ਨੂੰ, ਗਰੀਬਾਂ ਨੂੰ ਇਨਸਾਫ ਮਿਲ ਜਾਂਦਾ ਤਾਂ ਸਾਡੇ ਮਨ ਵੀ ਤਸੱਲੀ ਹੁੰਦੀ ਕਿ ਅਸੀਂ ਆਪਣੇ ਮਾਤਾ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੇ ਹਾਂ ਔਰ ਮਨ ਨੂੰ ਇੱਕ ਸੰਤੁਸ਼ਟੀ ਹੋ ਜਾਂਦੀ ਕਿ ਅਸੀਂ ਅੱਛਾ ਕਰ ਰਹੇ ਹਾਂ, ਜਿੱਦਾਂ ਪਿਤਾ ਜੀ ਦੱਸ ਕੇ ਗਏ ਸੀ ਉੱਦਾਂ ਹੀ ਅਸੀਂ ਅੱਜ ਚੌਂਕ ਦੇ ਵਿੱਚ ਕਰ ਰਹੇ ਹਾਂ। ਕਦੀ ਗਿਲਾ ਨਹੀਂ ਹੁੰਦਾ ਇਸ ਚੀਜ਼ ਦਾ, ਕਿਉਂਕਿ ਅਸੀਂ ਹੋਰ ਵਿਧਾਇਕਾਂ ਵੱਲ ਦੇਖੀਏ, ਅੱਜ ਬੱਚੇ ਉਹਨਾਂ ਦੇ ਸੈਟਲ ਹੈ, ਅੱਛਾ ਕਮਾਉਂਦੇ ਪਏ ਹੈ। ਕਦੀ ਉਸ ਚੀਜ਼ ਦਾ ਹੁੰਦਾ ਨਹੀਂ ਕਿ ਪਿਤਾ ਜੀ ਚਲੇ ਗਏ, ਸਾਨੂੰ ਕਿਤੇ ਸੈਟਲ ਕਰਕੇ ਨਹੀਂ ਗਏ? ਨਹੀਂ ਨਹੀਂ ਨਹੀਂ, ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੈ। ਮੇਰੇ ਪਰਿਵਾਰ ਦੇ ਵਿੱਚ 6 ਭਾਈ ਸੀ ਅਸੀਂ, ਔਰ ਕੋਈ ਲੈਕਚਰਾਰ ਹੈ, ਉਹ ਵੀ 2 ਬ੍ਰਦਰ ਮੇਰੇ ਸਪੈਰ ਵੀ ਹੋ ਚੁੱਕੇ ਨੇ, ਕੋਈ ਵਾਟਰ ਸਪਲਾਈ 'ਚ ਹੈ, ਕੋਈ ਪੁਲਿਸ ਦੇ ਵਿੱਚ ਆ। ਲੇਕਿਨ ਮੈਂ ਹੀ ਹੈ ਜਿਹੜਾ ਪਿਤਾ ਜੀ ਦੇ ਨਾਲ ਪੋਲੀਟੀਕਲ ਸੈਕਟਰੀ ਦੇ ਤੌਰ 'ਤੇ ਕੰਮ ਕੀਤਾ, ਮਾਰਕੀਟ ਕਮੇਟੀ, ਸਰਕਾਰ ਦੇ
ਚੰਦ ਸਮੇਂ ਲਈ ਜਿਹੜਾ ਮੈਂ ਉਹਨਾਂ ਦੇ ਵਿੱਚ ਰਿਹਾ ਰਾਜਨੀਤੀ ਦੇ ਵਿੱਚ। ਕਹਿੰਦੇ ਨੇ ਕਿ ਵਿਨੋਦ ਖੰਨਾ ਜੀ ਨੇ ਉੱਧਰ ਪੁਲ ਬਣਾਏ ਆ, ਲੇਕਿਨ ਪਿਤਾ ਜੀ ਮੇਰੇ ਇੱਕ ਮਜ਼ਦੂਰ ਸਨ ਅਤੇ ਵਿਨੋਦ ਖੰਨਾ ਮਿਸਤਰੀ ਸਨ, ਅਤੇ ਦੋਨਾਂ ਦੇ ਰਲ ਕੇ ਅਤੇ ਉਹ ਪਲਟੂਨ ਬ੍ਰਿਜ ਤੋਂ ਫਿਰ ਵੱਡਾ ਪੁਲ ਬਣਾਏ, ਕਿਉਂਕਿ ਨਾ ਤਾਂ ਇਕੱਲਾ ਮਿਸਤਰੀ ਕੋਈ ਕੰਮ ਕਰ ਸਕਦਾ ਅਤੇ ਨਾ ਇਕੱਲਾ ਮਜ਼ਦੂਰ ਹੇਠ ਲਾ ਸਕਦਾ। ਵਿਧਾਇਕ ਮੇਰੇ ਪਿਤਾ ਜੀ ਸਨ, ਐਮ ਪੀ ਜਿਹੜੇ ਵਿਨੋਦ ਖੰਨਾ ਸੀ, ਤੋਂ ਵੱਡੇ ਵੱਡੇ ਜਿਹੜੇ 50 ਸਾਲ ਤੋਂ ਜਿਹੜੇ ਪੁਲ ਨਹੀਂ ਬਣੇ ਹਲਕਾ ਭੋਏ ਦੇ ਵਿੱਚ, ਉਹ ਬਣਾ ਕੇ ਲੋਕਾਂ ਨੂੰ ਸੁਬਧ ਕੀਤੇ ਹੋਏ ਨੇ। ਅੱਜ ਸਵੇਰੇ ਲੋਕ ਆਉਂਦੇ ਨੇ, ਸ਼ਾਮ ਨੂੰ ਵਾਪਸ ਵੀ ਚੱਲ ਜਾਂਦੇ ਸਨ, ਨਹੀਂ ਤਾਂ ਉਹ ਰਾਵੀ ਦਰਿਆ ਇੱਦਾਂ ਦਾ ਸੀ ਕਿ ਜਿਹੜਾ ਉੱਧਰੋਂ ਕੋਈ ਬੰਬਿਆਲ ਵੱਲੋਂ ਬਾਰਡਰ ਤੋਂ ਆ ਜਾਂਦਾ ਰਿਹਾ ਪਠਾਨਕੋਟ, ਉਹ ਵਾਪਸ ਨਹੀਂ ਜਾ ਸਕਦਾ ਸੀ। ਤੁਸੀਂ ਖੁਸ਼ ਹੋ ਆਪਣੇ ਕੰਮ ਤੋਂ? ਬਿਲਕੁਲ, ਕਿਉਂਕਿ ਮੇਰੇ 2 ਬੇਟੇ 1 ਬੇਟੀ ਹੈ, ਇਸੇ ਕੰਮ ਦੇ ਵਿੱਚ, ਚਾਹ ਦੇ ਕੰਮ ਦੇ ਵਿੱਚ ਦਿਨ ਪੇ ਰਾਤ ਮਿਹਨਤ ਕਰਦਾ। 14 ਘੰਟੇ ਡਿਊਟੀ ਕਰਕੇ ਮੈਂ ਜਾਂਦਾ, 8 ਵਜੇ ਆਉਂਦਾ ਅਤੇ ਰਾਤ ਨੂੰ 10 ਵਜੇ ਜਾਂਦਾ, ਔਰ ਸਟਰਗਲ ਤਾਂ ਜ਼ਿਆਦਾ, ਕਿਉਂਕਿ ਬੱਚੇ ਜਿਹੜੇ ਨੇ ਉਹ ਜਵਾਨ ਹੋ ਚੁੱਕੇ ਦੇ ਨੇ। ਇੱਕ ਬੀ ਏ 'ਚ ਲੜਕੀ ਆ, ਬੀ ਏ ਫਾਈਨਲ ਦੇ ਵਿੱਚ ਇਸ ਵੇਲੇ ਉਹ ਜਿਹਨੂੰ ਕਹਿੰਦੇ ਫੈਸ਼ਨ ਡਿਜ਼ਾਇਨਿੰਗ ਦਾ ਕੋਰਸ ਕਰਕੇ ਜਲੰਧਰੋਂ ਲੁਧਿਆਣੇ ਉਹ ਘਰ ਆਈ ਆ ਪਰਸੋਂ, ਅਤੇ ਬੇਟੇ ਨੇ ਉਹ ਵੀ ਅੱਛੇ ਪੜ੍ਹਦੇ ਨੇ, ਵਧੀਆ ਨੇ, ਇੱਕ ਪਲੱਸ 2 'ਚ ਬੱਚਾ ਆ, ਉਹ ਨਾ ਖਿਡਾਰੀ ਵੀ ਹੈਗਾ, ਅਤੇ ਬੱਚੇ ਤਕਰੀਬਨ ਅਸੀਂ ਬੀ ਏ ਕਰਵਾ ਬੈਠਾ। ਮੇਨ ਅਸੀਂ ਹੁਣ ਜਿਹਦੇ ਮਕਸਦ 'ਚ ਇਹ ਕਿ ਅਸੀਂ ਬੱਚਿਆਂ ਨੂੰ ਪੜ੍ਹਾਈ ਦੇ ਸਕਦੇ ਹਾਂ। ਇਹ ਸਨ ਸਾਡੇ ਨਾਲ ਸਾਬਕਾ ਵਿਧਾਇਕ ਰਾਮ ਲਾਲ ਜੀ ਦੇ ਸਪੁੱਤਰ, ਜੋ ਚਾਹ ਦਾ ਸਟੋਲ ਲਗਾਉਂਦੇ ਪਏ ਆ ਪਠਾਨਕੋਟ ਸ਼ਹਿਰ ਦੇ ਵਿੱਚ, ਅਤੇ ਅੱਜ ਵੀ ਉਹ ਸਮਾਜ ਭਲਾਈ ਦੇ ਕੰਮ ਕਰ ਰਹੇ ਨੇ। ਕਹਿੰਦੇ ਪਏ ਕਿ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਹੈ, ਉਹਨਾਂ ਨੂੰ ਗਰੀਬਾਂ ਦਾ ਮਸੀਹਾ ਕਿਹਾ ਜਾਂਦਾ ਹੈ, ਅਤੇ ਉਸੇ ਹੀ ਤਰਜ਼ 'ਤੇ ਚੱਲ ਕੇ ਅੱਜ ਉਹ ਵੀ ਗਰੀਬ ਲੋਕਾਂ ਦੇ ਲਈ ਕੰਮ ਕਰਦੇ ਨੇ, ਨਾਲ ਦੇ ਇਸ ਚਾਹ ਦੇ ਸਟੋਲ 'ਤੇ ਆਪਣੇ ਪਰਿਵਾਰ ਦਾ ਗੁਜ਼ਰ ਬਸਰ ਕਰਦੇ ਨੇ। ਪਠਾਨਕੋਟ ਤੋਂ ਜਤਨ ਸ਼ਰਮਾ, ਨਿਊਜ਼ 18 ਪੰਜਾਬ।